ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਭਾਰਤ ਵਿੱਚ ਦੁਨੀਆ ਦੀਆਂ ਸਭ ਤੋਂ ਬਿਹਤਰੀਨ ਰਵਾਇਤਾਂ ਵਿਕਸਿਤ ਹੋਈਆਂ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਅਤੇ ਪੁਰਸਕਾਰ ਵੰਡ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਕਲਾ ਅਤੇ ਕਲਾਕਾਰ ਸਾਡੇ ਸੱਭਿਆਚਾਰ ਦੇ ਵਾਹਕ ਨੇ ਉਹਨਾਂ ਕਿਹਾ ਕਿ ਕਲਾਵਾਂ ਰਾਹੀਂ ਸ਼ਾਂਤੀ ਅਤੇ ਸੁਹਿਰਦਤਾ ਨੂੰ ਫੈਲਾਇਆ ਜਾ ਸਕਦਾ ਹੈ ਨਾਟਕ ਅਕਾਦਮੀ ਪਿਛਲੇ 7 ਦਸ਼ਕਾਂ ਸੇ ਵਿਭਿੰਨ ਭਾਰਤੀ ਕਲਾ ਵਿਧਾਂ ਸੰਗੀਤ ਨ੍ਰਿਤ ਲੋਕ ਨਾਟਕ ਤੋਥਾ ਰੰਗਮੋਚਕ प्रो सहित कर रही है इन विधhao के व्यापक रूप से प्रचार प्रसार हेतु भी एकेडमी द्वारा प्रयास किया जा रहा है